ਗਾਈਸ, ਪੰਜਾਬ ਦੇ ਵਿੱਚ ਬਾਰਿਸ਼ ਤਾਂ ਖੂਬ ਹੋਈ ਆ। ਦਰਿਆ ਦੇ ਕਿਨਾਰੇ ਵਾਲੇ ਜਿਹੜੇ ਗਾਓ ਪਿੰਡ ਜਿੰਨੇ ਵੀ ਵਿਚਾਰੇ, ਉਹਨਾਂ 'ਚ ਤਾਂ ਪਾਣੀ ਵੀ ਆ ਗਿਆ। ਇਸ ਕਰਕੇ ਤੁਸੀਂ ਸੁਣਦੇ ਵੀ ਹੋਵੋਗੇ ਪੰਜਾਬ 'ਚ ਹੜ੍ਹਾਂ ਵਾਲੀ ਸਥਿਤੀ ਬਣੀ ਵੀ ਹੈ, ਪਰ ਮੋਗਾ ਏਰੀਆ ਜਾਂ ਸਾਡਾ ਏਰੀਆ ਜਿਹੜਾ ਹੈਗਾ ਬਚਾਅ, ਅਸੀਂ ਦਰਿਆ ਤੋਂ ਕਾਫੀ ਦੂਰ ਹੈ। ਲੇਕਿਨ ਦਰਿਆ ਕਿਨਾਰੇ ਲੋਕਾਂ ਦਾ ਰਾਹਤ ਦਾ ਕੰਮ ਕਰ ਰਹੀ ਹੈ, ਗਵਰਨਮੈਂਟ ਵੀ ਕਰ ਰਹੀ ਹੈ, SGPC ਨੇ ਵੀ ਐਤਕੀ ਪਹਿਲੀ ਵਾਰ ਹੱਥ ਅੱਗੇ ਵਧਾਇਆ। ਚਲੋ, ਪਰਮਾਤਮਾ ਉਹਨਾਂ ਨੂੰ ਉਹਨਾਂ ਦੀ ਅੱਛੀ ਜਗ੍ਹਾ ਦੇਵੇ ਅਤੇ ਕੋਈ ਜ਼ਿਆਦਾ ਨੁਕਸਾਨ ਨਾ ਹੋਵੇ। ਹਾਂਜੀ, ਸੁੱਖ ਹਾਲ ਨਾ ਹੋਵੇ, ਸੁੱਖ ਹੋਵੇ ਅਤੇ ਵਿਚਾਰਿਆਂ ਨੂੰ ਰੋਟੀ ਪਾਣੀ ਪੂਜਦਾ ਹੋਵੇ। ਪਰਮਾਤਮਾ ਸਭ ਨੂੰ ਠੀਕ ਰੱਖੇ। ਹੋਰ ਗਾਈ, ਕੀ ਹਾਲ ਚਾਲ? ਸਤਿ ਸ੍ਰੀ ਅਕਾਲ, ਨਮਸਕਾਰ, ਕਿਵੇਂ ਛੋ? ਹਾਂਜੀ, ਮੌਜਾਂ ਮਾਣਦੇ ਹੋ? ਮੌਜਾਂ ਹੀ ਮਾਣਦੇ ਰਹੋ। ਹਾਂਜੀ, ਕੀ ਹਾਲ ਚਾਲ? ਸਭ ਠੀਕ ਠਾਕ। ਅੱਜ ਥੋੜ੍ਹਾ ਜਿਹਾ ਮਨ ਉਹ ਉਸ ਤਰ੍ਹਾਂ ਦਾ ਹੋਇਆ ਹੋਇਆ ਵੀ ਆ ਜਿਹੜੇ ਅਨੋਖੀ ਆਪਣੀ ਰੈਸਪੀ ਹੋਊਗੀ ਸਬਵੇ ਦੇ ਵਿੱਚ। ਅਜੇ ਉਹ ਚੀਜ਼ ਜਿਹੜੀ ਹੈਗੀ ਨਹੀਂ ਅਵੇਲੇਬਲ। ਅਸੀਂ ਜਿਹੜੀ ਟਿੱਕੀ ਆ ਅਨੋਖੀ ਬਣਾਵਾਂਗੇ, ਉਹ ਕਿਹੋ ਜਿਹੀ ਹੋਊਗੀ, ਕਾਹਦੀ ਹੋਊਗੀ, ਕਿਉਂਕਿ ਆਲੂ ਦੀ ਤਾਂ ਹੈ ਨਹੀਂ ਗੀ, ਇਹ ਦੱਸ ਦਿੰਦੇ ਹਾਂ। ਲੇਕਿਨ ਇਹ ਸਸਪੈਂਸ ਆ ਕਿ ਕਾਹਦੀ ਹੋਊਗੀ, ਸਾਡੇ ਨਾਲ ਬਣੇ ਰਿਹੋ, ਵੀਡੀਓ ਦੇ ਅੰਤ ਤੱਕ ਬਣੇ ਰਿਹੋ, ਲਾਈਕ ਕਰਿਓ, ਸਬਸਕ੍ਰਾਈਬ ਕਰਿਓ, ਸ਼ੇਅਰ ਕਰਿਓ, ਅਤੇ ਆਪਾਂ ਵੀਡੀਓ ਨੂੰ ਹੁਣ ਸ਼ੁਰੂ ਕਰਨ ਜਾ ਰਹੇ ਹਾਂ। ਸਬਸਕ੍ਰਾਈਬ ਕਰਨਾ ਨਾ ਭੁੱਲਿਓ, ਲੇਕਿਨ ਜਿਨ੍ਹਾਂ ਨੇ ਔਰ ਕਮੈਂਟ ਕਰਨਾ ਨਾ ਭੁੱਲਣਾ, ਔਰ ਵੀਡੀਓ ਨੂੰ ਐਂਡ ਤੱਕ ਦੇਖਣਾ, ਕੋਈ ਚੀਜ਼ ਨੂੰ ਸਕਿਪ ਨਾ ਕਰਨਾ। ਚਲੋ ਜੀ, ਗੁੱਡ ਬਾਏ, ਤੇ ਆਪਾਂ ਕਰੀਏ ਸ਼ੁਰੂ। ਬਾਏ ਨਹੀਂ ਕਰਨੀ ਜੀ, ਆਪਾਂ ਸ਼ੁਰੂ ਕਰਾਂਗੇ ਰਸੋਈ ਵੱਲ ਨੂੰ ਜਾਣ ਲਈ। ਚਲੋ ਫਿਰ ਵੀਡੀਓ ਕਰੋ ਖੁਸ਼ੀ। ਗਾਈਸ, ਫਿਰ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਸੀਗਾ, ਆਪਾਂ ਹੁਣ ਬਣਾਵਾਂਗੇ ਸਬਵੇ ਵਰਗਾ ਨਾਸ਼ਤਾ। ਲੇਕਿਨ ਆਲੂ ਟਿੱਕੀ ਨਹੀਂ ਹੋਊਗੀ, ਇੱਕ ਨਵੇਂ ਕਿਸਮ ਦੀ ਟਿੱਕੀ ਹੋਊਗੀ। ਤੁਸੀਂ ਬਣੇ ਰਹੋ ਸਾਡੇ ਨਾਲ, ਅਤੇ ਆਪਾਂ ਗਗਨਦੀਪ ਜੀ ਨੂੰ ਹੁਣ ਪੁੱਛਾਂਗੇ ਕਿ ਕਿਸ ਤਰ੍ਹਾਂ ਕਿਹੜੀ ਕਿਹੜੀ ਰੈਸਪੀ ਹੈ, ਅਤੇ ਆਪਾਂ ਕਰਦੇ ਹਾਂ ਤਿਆਰੀ, ਕਰਦੇ ਹਾਂ ਉਹਨਾਂ ਨੂੰ, ਆਪਾਂ ਹੁਣ ਵੇਖਦੇ ਹਾਂ। ਹਾਂਜੀ ਗਗਨ ਜੀ, ਹਾਂਜੀ, ਤੁਹਾਨੂੰ ਮੈਂ ਹੁਣ ਦਿਖਾਉਂਦੀ ਹਾਂ ਵੀ ਕਿਸ ਤਰੀਕੇ ਦਾ ਆਪਾਂ ਸਬਜ਼ੀ ਦਾ ਬਣਾਉਣਾ ਹੈਗਾ। ਨਵੇਂ ਟੈਕਨੀਕ ਨਾਲ ਆਪਾਂ ਲਵਾਂਗੇ ਉਬਲੇ ਹੋਏ ਰਾਜਮਾ, ਓਕੇ, ਇਹ ਅੱਧੀ ਕੌਲੀ ਹੈ, ਠੀਕ ਹੈ ਜੀ। ਇਹ ਓਨੇ ਕੁ ਉਬਲੇ ਹੋਣੇ ਚਾਹੀਦੇ ਜਿੰਨੇ ਕਿ ਦਰਦ ਨਾ ਬਹੁਤ ਜ਼ਿਆਦਾ ਗਲੇ ਹੋਣ, ਨਾ ਬਹੁਤ ਜ਼ਿਆਦਾ ਕੱਚੇ ਹੋਣ, ਓਕੇ, ਨਾਰਮਲ ਹੋਣੇ। ਯਾਨੀ ਕਹਿਣ ਦਾ ਮਤਲਬ ਵੀ ਪੂਰੀ ਤਰ੍ਹਾਂ ਪੇਸਟ ਨਹੀਂ, ਦਰਦ ਫੜ ਕਰਾਂਗੇ। ਹਾਂਜੀ, ਓਕੇ ਓਕੇ। ਇਹਦੇ ਵਿੱਚ ਅਸੀਂ ਪਾਵਾਂਗੇ ਪਿਆਜ਼, ਦੋ ਪਿਆਜ਼ ਛੋਟੇ, ਇੱਕ ਵੱਡਾ, ਬਸ ਕੱਲਾ ਇੱਕ ਵੱਡਾ ਪਾਉਣਾ, ਜਾਂ ਵੱਡਾ ਪਾਉਣਾ ਤਾਂ ਇੱਕ ਵੱਡਾ, ਜਾਂ ਦੋ ਆ ਛੋਟੇ ਛੋਟੇ ਮੀਡੀਅਮ ਸਾਈਜ਼ ਦੇ ਜਿਹੜੇ ਹੁੰਦੇ ਆ, ਠੀਕ ਹੈ। ਇਹਦੇ ਚ ਦੇਖੋ ਆਪਣੇ ਕੋਲ ਲਸਣ 5-7 ਤੁਰੀਆਂ ਪੜੀਆਂ, ਬਟਾਇਤ ਕੀ ਮੈਨੂੰ ਲਸਣ ਮਿਲੇ, ਇਹ ਡਬਲ ਚਾਈਨੀਜ਼, ਚਾਈਨੀਜ਼ ਲਸਣ ਏਡੀਆਂ ਹੈ, 3 ਤੁਰੀਆਂ ਆਪਾਂ ਇਹਨਾਂ ਨੂੰ ਕੱਟ ਕੇ ਪਾ ਦੇਣੀ, ਠੀਕ ਹੈ, ਠੀਕ ਹੈ ਜੀ। ਤੇ ਹੁਣ ਪਾ ਦੇਣੀਆਂ 6-7 ਹਰੀਆਂ ਮਿਰਚਾਂ, ਉਹ ਵੀ ਥੋੜਾ ਜਿਹਾ ਕੱਟ ਕੇ ਪਾਵਾਂਗੇ ਤਾਂ ਕਿ ਉਹ ਮੋਟੀਆਂ ਨਾ ਰਹਿ ਜਾਣ ਵਿੱਚ, ਥੋੜੀਆਂ ਜਿਹੀਆਂ ਕੱਟ ਕੇ ਮੋਟੀਆਂ,
ਤੇ ਹੁਣ ਇਹਨੂੰ ਆਪਾਂ ਦਰੜ ਫਰੜ ਕਰਾਂਗੇ, ਇਹਦੇ ਚ ਪਾਣੀ ਨਹੀਂ ਪਾਣਾ, ਤਾਂ ਉਸੇ ਕਰਕੇ ਦਰੜ ਪਾਓ। ਹਾਂਜੀ, ਪੇਸਟ ਬਣਾਉਣੀ ਹੋਵੇ ਫਿਰ ਪਾਣੀ ਪੈਂਦਾ ਗਾਇਸ। ਹਾਂਜੀ ਹਾਂਜੀ, ਇੱਕ ਵਾਰੀ ਕਰਨਾ ਹੋਰ ਮੋਟਾ। ਦੇਖੋ ਗਾਈਸ, ਇੱਦਾਂ ਦਰਦਰਾ ਜਿਹਾ ਹੋ ਜਾਣਾ ਚਾਹੀਦਾ, ਨਾ ਬਿਲਕੁਲ ਘੁਲਿਆ ਨਹੀਂ ਹੋਣਾ ਚਾਹੀਦਾ, ਹਲਕਾ ਹਲਕਾ ਦਾਣੀ ਹੈ। ਆਹ ਦੇਖੋ, ਆਹ ਦੇਖੋ, ਇਹਦੇ ਚ ਗਾਈਸ ਆਪਾਂ ਇਹਦੇ ਵਿੱਚ ਪਾਵਾਂਗੇ 2 ਕੜਛੀ ਬੇਸਨ, ਤਾਂ ਕਿ ਇਹ ਬੌਂਡ ਹੋ ਜਾਵੇ, ਬੌਂਡਿੰਗ ਇਹਦੀ ਬਣ ਜਾਵੇ। ਇਹਦੇ ਵਿੱਚ ਪਾਵਾਂਗੇ ਮਿਰਚੀ, ਨਮਕ ਟੇਸਟ ਦੇ ਅਨੁਸਾਰ, ਲਾਲ ਮਿਰਚ ਥੋੜ੍ਹੀ ਜਿਹੀ 1 ਚਮਚ, 1 ਚਮਚ ਕਾਲੀ ਮਿਰਚ, ਅੱਧਾ ਚਮਚ ਜਵੈਣ, ਔਰ ਪੂਰਾ 1 ਚਮਚ ਸਾਡਾ ਧਨੀਆ ਪਾਊਡਰ ਮੋਟਾ ਦਰੜ ਕੇ ਕਰਨਾ। ਠੀਕ ਹੈ ਜੀ, ਅਤੇ ਇਹਦੇ ਵਿੱਚ ਹੀ ਅਸੀਂ ਓਰੇਗੈਨੋ ਵੀ ਥੋੜ੍ਹਾ ਜਿਹਾ ਪਾਵਾਂਗੇ, ਓਰੇਗੈਨੋ ਇੰਨਾ ਕੁ, ਅੱਧਾ ਚਮਚ। ਹੁਣ ਇਹਨੂੰ ਅਸੀਂ ਮਿਕਸ ਕਰ ਦਾਂਗੇ। ਅਤੇ ਆਪਾਂ ਜਿਵੇਂ ਇੱਕ ਟਿੱਕੀ ਟਾਈਪ ਦਾ ਰੋਲ ਬਣਾ ਲੈਣਾ, ਜਿਵੇਂ ਆਪਾਂ ਬਣਾਉਂਦੇ ਹਾਂ ਹਲਕਾ ਜਿਹਾ, ਜਿਵੇਂ ਆਪਾਂ ਬੌਂਡ ਇੰਨਾ ਕੁ ਸਖਤ ਬੌਂਡ ਹੋਣਾ ਚਾਹੀਦਾ ਬਸ। ਹੁਣ ਇਹਦੇ ਵਿੱਚ ਅਸੀਂ ਹਲਕਾ ਜਿਹਾ ਤੇਲ ਹੱਥ ਦੇ ਉੱਤੇ ਲਾ ਕੇ ਥੋੜ੍ਹਾ ਜਿਹਾ ਇਹਨੂੰ ਇਕੱਠਾ ਕਰਕੇ ਰੱਖ ਦਾਂਗੇ, ਤਾਂ ਕਿ ਇੱਕ ਸਾਰ ਬਣ ਜਾਵੇ। ਠੀਕ ਹੈ, ਹੁਣ ਅਸੀਂ ਇਹਨੂੰ ਨਾ ਹਲਕਾ ਹਲਕਾ ਲੰਮੇ ਸਟਾਈਲ ਲੰਮੇ ਰੋਡ ਦਾ ਬਣਾ ਦੇਣਾ ਇਹਨੂੰ ਰੋਲ, ਇੰਨਾ ਕੁ ਵੱਡਾ, ਔਰ ਫਿਰ ਇਹਨੂੰ ਅਸੀਂ ਤਲਾਂਗੇ।
ਗਾਇਸ ਜਿਵੇਂ ਆਪਾਂ ਪਹਿਲਾਂ ਤੁਹਾਨੂੰ ਦੱਸਿਆ ਵੀ ਹਲਕਾ ਇੱਕ ਵਾਰੀ ਕਰਕੇ ਇਹਨੂੰ ਬਾਹਰ ਕੱਢ ਲਵਾਂਗੇ ਤਾਂ ਕਿ ਦੁਬਾਰਾ ਫਿਰ ਆਪਾਂ ਇਹਨੂੰ ਕਰੀਏ। ਗਾਇਸ ਦੇਖੋ ਬਰਾਊਨ ਹੋਣੇ ਸ਼ੁਰੂ ਹੋ ਗਏ ਸਾਰੇ ਪਾਸਿਆਂ ਤੋਂ। ਬਸ 2 ਮਿੰਟ ਦੀ ਕਸਰ ਹੋਰ ਹੈ ਫਿਰ ਅਸੀਂ ਇਹਨੂੰ ਬਾਹਰ ਕੱਢ ਲਵਾਂਗੇ। ਹਾਂਜੀ ਹਾਂਜੀ, ਬਸ ਪੱਕਣ ਦੀ 2 ਕੁ ਮਿੰਟ ਦੀ ਕਸਰ ਹੋਰ ਹੈ, ਕਿਉਂਕਿ ਜੇ ਹਥੇਲਾ ਸਾਈਡ ਹਜੇ ਅੱਧ ਕੱਚੀ ਸੀਗੀ। ਹਾਂਜੀ, ਤਾਂ ਕਿ ਹਾਂ ਕੱਚਾ ਨਾ ਰਹਿ ਜਾਵੇ। ਬਸ ਕਈ ਵਾਰੀ ਕਚਵਾਏ ਦਾ ਸਵਾਦ ਆਉਣ ਲੱਗ ਜਾਂਦਾ। ਗਾਇਸ ਹੁਣ ਆਪਣੀ ਇਹ ਸਾਰੀ ਹੋ ਗਈ ਹੈ ਤਿਆਰ, ਆਪਾਂ ਹੁਣ ਇਹਨਾਂ ਨੂੰ ਇੱਕ ਇੱਕ ਕਰਕੇ ਕੱਢ ਲਵਾਂਗੇ। ਗਾਈਜ਼ ਆਪਣੇ ਹੁਣ ਵੇਖੋ ਤਿਆਰ ਹੋ ਗਏ ਇਹ ਤਲ ਕੇ, ਅਤੇ ਆਪਾਂ ਹੁਣ ਜਿਹੜੇ ਸਾਬੇ ਬੰਨ ਜਿਹੜਾ ਹੈਗਾ ਉਹਨੂੰ ਤਿਆਰ ਕਰਦੇ ਹਾਂ। ਗਗਨ ਦੇਵ ਜੀ ਸਾਬੇ ਬੰਨ, ਹਾਂਜੀ ਆਹ ਦੇਖੋ ਇਹ 1 ਫੁੱਟ ਦਾ ਹੁੰਦਾ ਇਹ ਸਾਬੇ ਬੰਨ। ਹਾਂਜੀ, ਇਹ ਆਪਾਂ ਨੂੰ ਬਾਜ਼ਾਰ 'ਚੋਂ ਅਵੇਲੇਬਲ ਮਿਲ ਜਾਂਦਾ ਦੁਕਾਨ ਤੋਂ, ਠੀਕ ਹੈ, ਅਤੇ ਇਹਨੂੰ ਹੁਣ ਆਪਾਂ ਤਿਆਰ ਕਰਦੇ ਹਾਂ। ਆ ਜਾਓ ਚਲੋ ਗਾਈਜ਼, ਗਾਈਜ਼ ਆਪਾਂ ਹੁਣ ਇਹਦੇ ਵਿੱਚ, ਮੈਂ ਤੁਹਾਨੂੰ ਦੱਸਦੀ ਹਾਂ, ਦੇਖੋ ਮੈਂ ਇਹਦੇ ਵਿੱਚ ਕੱਟੇ ਆ ਪਿਆਜ਼ ਆਪਣਾ ਖੀਰਾ ਅਤੇ ਚਕੰਦਰ, ਅਤੇ ਆਪਾਂ ਤੇ ਨਾਲਾ ਹਾਂ ਮੈਂ ਪਾਲਕ ਦੇ ਪੱਤੇ ਲਏ ਹੈ। ਪਾਲਕ ਦੇ ਪੱਤਿਆਂ ਤੋਂ ਇਲਾਵਾ ਤੁਸੀਂ ਬੰਦ ਗੋਭੀ ਦੇ ਪੱਤੇ ਵੀ ਲੈ ਸਕਦੇ, ਬਟ ਮੇਰੇ ਕੋਲ ਇਹੀ ਘਰੇ ਅਵੇਲੇਬਲ ਸੀਗਾ। ਅਤੇ ਹੁਣ ਇਹਦੇ ਵਿੱਚ ਅਸੀਂ ਵੀ ਜਿਹੜੀ ਆਹ ਸਮਾਨ ਪਿਆ ਇਹਦੇ ਵਿੱਚ ਆਪਾਂ ਥੋੜ੍ਹਾ ਥੋੜ੍ਹਾ ਨਮਕ, ਕਾਲੀ ਮਿਰਚ, ਥੋੜ੍ਹੀ ਜਿਹੀ ਲਾਲ ਮਿਰਚ ਅਤੇ ਓਰੇਗਨੋ ਅਸੀਂ ਉਹਦੇ ਵਿੱਚ ਵੀ ਪਾਇਆ ਸੀ ਜਿਹੜੇ ਆਪਾਂ ਬਣਾਏ ਆ, ਅਤੇ ਇਹਦੇ ਵਿੱਚ ਵੀ ਅਸੀਂ ਓਰੇਗਨ ਪਾਵਾਂਗੇ ਅਤੇ ਨਾਲ ਪਾਵਾਂਗੇ ਇਹਦੇ ਵਿੱਚ ਅਸੀਂ ਨਿੰਬੂ। ਓਕੇ, ਚੰਗੀ ਤਰ੍ਹਾਂ ਗਾਈਸ ਫਿਲਿੰਗ ਦੇ ਵਿੱਚ ਹੋ ਗਿਆ, ਇੱਕ ਤਾਂ ਆਪਣੀ ਉਹ ਟਿੱਕੀ ਟਾਈਪ ਜਿਹੜਾ ਅਨੋਖੀ ਬਣ ਗਈ। ਹਾਂਜੀ ਹਾਂਜੀ, ਮੈਨੂੰ ਗਗਨ ਕੁਛ ਹੋਰ ਵੀ ਕਹਿੰਦੇ ਉਹਨੂੰ ਅਸੀਂ ਕਹਿੰਦੇ ਹਾਂ ਫਲਾਫਲ। ਓਕੇ, ਫਲਾਫਲ ਬਣਾਇਆ ਗਾਈਸ ਨਾਲ, ਫਲਾਫਲ ਟਿੱਕੀ ਦੀ ਥਾਂ ਤੇ, ਯਾਨੀ ਆਲੂ ਦੀ ਟਿੱਕੀ ਪਾਉਣ ਦੀ ਥਾਂ ਤੇ ਆਪਾਂ ਫਲਾਫਲ ਬਣਾਇਆ, ਉਹਨੂੰ ਤੁਸੀਂ ਦੇਖ ਹੀ ਲਿਆ ਉਹਦਾ ਕੀ ਰੈਸਪੀ ਹੈ। ਹਾਂਜੀ, ਹੁਣ ਆ ਦੇਖੋ ਇਹਨੂੰ ਆਪਾਂ ਇੱਕ ਤਰ੍ਹਾਂ ਨਾਲ ਮਿਕਸ ਕਰ ਦਿੱਤਾ। ਠੀਕ ਹੈ, ਠੀਕ ਹੈ ਜੀ, ਤੇ ਇਹਨੂੰ ਵੀ ਅਸੀਂ ਵਿੱਚ ਅਸੀਂ ਲੈਟਸ ਨੂੰ ਪਾਵਾਂਗੇ, ਇਹਦੀ ਥਾਂ ਤੇ ਲੈਟਸ ਵੀ ਪਾ ਸਕਦੇ ਹਾਂ ਜੀ। ਇਹ ਪਾਲਕ ਪਾਈ ਹੈ ਤਾਂ ਕਿ ਤੁਹਾਡੀ ਇਹ ਹੈਲਦੀ ਤੇ ਵਧੀਆ ਰੈਸਪੀ ਬਣੇ। ਠੀਕ ਹੈ, ਹੁਣ ਆ ਜਿਹੜੇ ਆਪਣੇ ਹੈਗੇ ਆ ਸਭ, ਇਹਨਾਂ ਨੂੰ ਅਸੀਂ 3 ਪੀਸਾਂ ਦੇ ਵਿੱਚ ਅਸੀਂ ਕੱਟ ਲਵਾਂਗੇ। ਠੀਕ ਹੈ, 3 ਇਕੁਅਲ ਪੀਸਿਸ ਦੇ ਵਿੱਚ। ਓਕੇ, ਠੀਕ ਹੈ ਜੀ, ਹੁਣ ਅਸੀਂ ਕੀ ਕਰਨਾ
ਇਸ ਦੇ ਵਿੱਚ ਅਸੀਂ ਇਹਨੂੰ ਕੱਟ ਪਾ ਦੇਣਾ ਤਾਂ ਕਿ ਇਹ ਸਾਡਾ ਇੱਦਾਂ ਦਾ ਹੋ ਜਾਵੇ। ਠੀਕ ਹੈ ਜੀ। ਇਹਦੇ ਵਿੱਚ ਕੀ ਕਰਨਾ, ਸਭ ਤੋਂ ਪਹਿਲਾਂ ਅਸੀਂ ਲਾਉਣੀ ਹੈਗੀ ਹੈ ਸੌਸ, ਸੈਜ਼ਵਾਨ ਸੌਸ। ਹਾਂਜੀ, ਥੋੜ੍ਹੀ ਥੋੜ੍ਹੀ ਲਾਇਓ। ਹਾਂਜੀ ਹਾਂਜੀ, ਇਹ ਚੀਕਾਂ ਕਢਾ ਦਿੰਦੀ ਹੈ, ਚੀਕਾਂ ਬਹੁਤ ਤੇਜ਼ ਹੈ ਜੀ ਇਹਦੀਆਂ ਮਿਰਚਾਂ। ਹਾਂਜੀ ਹਾਂਜੀ, ਫੇਰ ਇਹਨੂੰ ਰੱਖਾਂਗੇ ਅਸੀਂ ਪਾਲਕ ਨੂੰ ਇਹਦੇ ਚ, ਫੇਰ ਰੱਖਾਂਗੇ ਅਸੀਂ ਇਹਨੂੰ ਥੋੜੀ ਜਿਹੀ ਆਹ ਸੈਲਡ, ਈਵਨ ਆਹ ਚੁਕੰਦਰ, ਪਿਆਜ਼, ਚੁਕੰਦਰ, ਔਰ ਇਹਦੇ ਵਿੱਚ ਆਏਗਾ ਸਾਡਾ ਇਹ ਫਲਾ ਫਲ। ਠੀਕ ਹੈ ਜੀ, ਇਹਨੂੰ ਅਸੀਂ ਇੱਦਾਂ ਰੱਖ ਕੇ ਅਤੇ ਉਹਦੇ ਉੱਤੇ ਵੀ ਅਸੀਂ ਇਹਨੂੰ ਆਹ ਪਾ ਦੇਣਾ। ਦੇਖੋ ਆਪਣਾ ਸਾਬੇ ਰੈਡੀ ਆ, ਰੈਡੀ ਟੂ ਈਟ ਹੋ ਗਿਆ ਜੀ। ਇਹਨੂੰ ਆਪਾਂ ਖਾਵਾਂਗੇ ਸੌਸ ਦੇ ਨਾਲ। ਇਹ ਆਪਣੀ ਹੋ ਗਈ ਜੀ ਟਮਾਟੋ ਸੌਸ, ਟਮਾਟੋ ਸੌਸ ਦੇ ਨਾਲ ਆਪਾਂ ਖਾਵਾਂਗੇ। ਸੇਜ਼ਵਾਨ ਪਹਿਲਾਂ ਲੱਗੀ ਵੀ ਹੈ, ਆਪਾਂ ਨੂੰ ਚਟਪਟਾ ਕਰਾਰਾ ਮਿੱਠਾ ਸਾਰਾ ਸਵਾਦ ਆਊਗਾ। ਦੇਖੋ ਗਾਈਸ, ਹੈਲਦੀ ਹੈ ਨਾ ਜੀ ਇਹ ਬ੍ਰੈਡ ਦਾ ਇੱਕ ਤਰ੍ਹਾਂ ਦੀ, ਅਤੇ ਬ੍ਰੈਡ ਦੇ ਵਿੱਚ ਆਪਾਂ ਪਾ ਲਿਆ ਸੈਲਡ, ਨਾਲ ਪਾ ਲਿਆ ਆਪਾਂ ਰਾਜਮਾਂਹ ਦੀ ਬਣਾਈ ਹੈ। ਆਪਾਂ ਟਿੱਕੀ ਨਹੀਂ ਕਹਿੰਦੇ ਇਹਨੂੰ, ਫਲਾ ਫਲ ਕਹਿ ਦਿੰਦੇ ਆ, ਲੇਕਿਨ ਇੱਕ ਅਨੋਖੀ ਟਿੱਕੀ ਹੈ। ਚਲੋ ਆਪਾਂ ਇਹ ਹੁਣ ਖਾਂਦੇ ਹੈ ਫਲਾ ਫਲ। ਓਕੇ ਲਓ ਜੀ, ਗਗਨਦੀਪ ਜੀ ਲੈ ਕੇ ਖੜੇ ਨੇ, ਹੁਣ ਆਪਾਂ ਇਹਨਾਂ ਨੂੰ ਲੈ ਚੱਲਦੇ ਹਾਂ ਡਾਇਨਿੰਗ ਟੇਬਲ 'ਤੇ ਅਤੇ ਖਾਂਦੇ ਹਾਂ ਮਜ਼ੇ ਲੈ ਲੈ ਕੇ। ਤੁਸੀਂ ਵੀ ਬਣਾਇਓ, ਖਾਇਓ ਅਤੇ ਸਾਨੂੰ ਦੱਸਿਓ। ਹਾਂ ਨੋਰਮਲੀ, ਹਾਂਜੀ ਹਾਂਜੀ ਗਾਈਜ਼, ਅੱਜ ਮਤਲਬ ਮੇਰੇ ਚਾਚਾ ਜੀ ਦੀ ਬੇਟੀ ਕੈਨੇਡਾ ਤੋਂ ਆਏ ਹੋਏ ਆ, ਜੀਜਾ ਜੀ ਆਏ ਹੋਏ ਆ, ਮਿਲਣ ਆਏ ਹੋਏ ਆ, ਅਤੇ ਮੈਂ ਕਿਹਾ ਸੀ ਅੱਜ ਗਾਈਜ਼ ਤੁਹਾਨੂੰ ਮਿਲਾ ਦਈਏ। ਅਤੇ ਦੀਦੀ ਜਿਹੜੇ ਹੈਗੇ ਸਾਡੇ ਕੈਨੇਡਾ, ਇਹਨਾਂ ਦੇ ਬੱਚੇ ਵੀ, ਇਹ ਆਪ ਵੀ ਗੇੜਾ ਕੱਢੇ ਆਏ, ਜੀਜੂ ਵੀ ਗੇੜਾ ਕੱਢ ਕੇ ਆਏ ਹੋਏ ਆ। ਅੱਜ ਅਸੀਂ ਫਿਰ ਗੱਲਾਂ ਕਰਦੇ ਸੀ, ਅੱਜ ਅਸੀਂ ਆਪਦੀਆਂ ਵੀ ਯਾਦਾਂ ਤਾਜ਼ਾ ਕਰਦੇ ਸੀ। 19 'ਚ ਅਸੀਂ ਗਏ ਸੀਗੇ 3-4 ਸਾਲ ਪਹਿਲਾਂ, ਅਤੇ ਬਾਕੀ ਰਿਸ਼ਤੇਦਾਰੀ 'ਚ ਮਿਲੇ। ਹੋਰ ਦੀਦੀ ਕਿਵੇਂ ਉਧਰ ਚਾਚਾ ਜੀ? ਬਹੁਤ ਵਧੀਆ, ਸਾਰੇ ਠੀਕ ਹੈ, ਪਰਿਵਾਰ ਆਪਣਾ? ਹਾਂਜੀ ਸਾਰਾ ਵਧੀਆ ਆ। ਚਾਚਾ ਜੀ ਤਾਂ ਹਾਂਜੀ ਹਾਂਜੀ, ਖੁਸ਼ ਮਜਾਜ ਤੇ ਵਧੀਆ ਹੈ ਨਾ? ਅੱਛਾ ਜੀ, ਕਰਦੇ ਆ ਵਧੀਆ। ਬੱਚਿਆਂ ਕੋਲੇ ਵੀ ਜਾਣਾ ਹੁੰਦਾ ਹੈ। ਹਾਂਜੀ ਹੈ ਨਾ, ਹਸਬੰਡ ਇੱਧਰ ਹੈ, ਇੱਧਰ ਵੀ ਆਣਾ ਹੁੰਦਾ ਹੈ। ਹਾਂ ਜਿਹੜੀ ਆਪਣੀ ਰਿਟਾਇਰਮੈਂਟ ਲਾਈਫ ਹੈ, ਚੰਗੀ ਤਰ੍ਹਾਂ ਇੰਜੋਏ ਕਰ ਰਹੇ ਹਾਂ। ਬਿਲਕੁਲ ਚੰਗਾ ਹੈ, ਦੋਨੋਂ ਕੰਟਰੀਆਂ 'ਚ ਵਧੀਆ।
ਚਲੋ ਹੋਰ ਕਿਸੇ ਟਾਈਮ ਫਿਰ ਦੋਨੋਂ ਵੀ ਪਹੁੰਚੋ ਬੱਚਿਆਂ ਕੋਲੇ, ਅਸੀਂ ਵੀ ਆਵਾਂਗੇ, ਆਪਾਂ ਇੰਜੋਏ ਕਰਾਂਗੇ। ਹੋਰ ਸਭ ਠੀਕ ਠਾਕ ਉੱਥੇ ਆਪਣੀ ਛੋਟੋ ਛੋਟਾ ਨਿਕਲੂ? ਠੀਕ ਹੈ, ਗੁੱਡ ਗੁੱਡ, ਬਿਲਕੁਲ ਬਿਲਕੁਲ ਬਿਲਕੁਲ। ਹੋਰ ਆਪਦੇ ਨਾਨਾ ਨਾਨੀ ਦਾਦਾ ਦਾਦੀ ਬੱਚੇ ਵੱਡੇ ਸਾਰੇ ਉੱਥੇ? ਅੱਛਾ ਰਹਿੰਦਾ। ਚਲੋ ਗਾਈਜ਼, ਅੱਜ ਅਸੀਂ ਇਹਨਾਂ ਨੂੰ ਵੀ ਮਿਲੇ ਹਾਂ, ਤੁਹਾਨੂੰ ਇੱਕ ਰੈਸਪੀ ਵੀ ਦਿਖਾਵਾਂਗੇ ਨਾਲ ਦੀ ਨਾਲ, ਅਤੇ ਅੱਜ ਅਸੀਂ ਇਹਨਾਂ ਨਾਲ ਗੱਲਬਾਤ ਕਰਾਂਗੇ, ਤੋਰਾਂਗੇ, ਤੁਸੀਂ ਵੀ ਮਿਲੋ ਸਾਡੇ। ਇੱਕ ਮਿੰਟ, ਹਾਂਜੀ, ਓਕੇ ਗਾਈਜ਼, ਸਤਿ ਸ਼੍ਰੀ ਅਕਾਲ ਕਰਤੀ। ਚਲੋ ਫਿਰ, ਹਾਂਜੀ ਗਾਈਜ਼, ਤਾਂ ਸਾਡੇ ਆਹ ਰੈਸਪੀ ਵੀ ਤਿਆਰ ਹੋ ਗਈ। ਰੈਸਪੀ ਤਿਆਰ ਕਰਦੇ ਕਰਦੇ ਅੱਜ ਮੇਰੀ ਸਿਸਟਰ ਆਈ ਸੀਗੀ, ਚਾਚਾ ਜੀ ਦੀ ਲੜਕੀ, ਇਹ ਕੈਨੇਡਾ ਤੋਂ ਆਏ ਹੋਏ ਆ, ਕੁਛ ਚਿਰ ਇੱਧਰ ਰਹਿਣਾ ਸੀ ਅਤੇ ਉਹ ਮਿਲਣ ਆਏ ਆ, ਅਤੇ ਆਪਾਂ ਤੁਹਾਨੂੰ ਉਹਨਾਂ ਨੂੰ ਵੀ ਮਿਲਾਤਾ, ਰੈਸਪੀ ਵੀ ਦਿਖਾਤੀ, ਅਤੇ ਹੁਣ ਤੁਸੀਂ ਰੈਸਪੀ ਬਣਾਇਓ, ਬਣਾ ਕੇ ਖਾਇਓ, ਫਿਰ ਸਾਨੂੰ ਕਮੈਂਟ ਵਿੱਚ ਦੱਸਿਓ ਕਿ ਇਹ ਜਿਹੜੀ ਆਪਾਂ ਰੈਸਪੀ ਬਣਾਈ ਸੀਗੀ, ਆਲੂ ਦੀ ਟਿੱਕੀ ਨਹੀਂ ਸੀ ਲੇਕਿਨ ਆਪਾਂ ਬਣਾ ਲਿਆ ਸੀਗਾ, ਅੱਜ ਰਾਜਮਾਂਹ ਦੀ ਟਿੱਕੀ ਨਹੀਂ ਸੀ, ਯਾਨੀ ਲੰਮਾ ਜਿਹਾ ਜਿਹਨੂੰ ਹਾਂ ਗਗਨ ਜੀ ਦੱਸਦੇ ਆ, ਫਲਾਫਲ ਕਹਿੰਦੇ ਇਹਨੂੰ। ਚਲੋ ਮਤਲਬ ਕਰਾਰੀ ਤਾਂ ਉਹੀ ਹੁੰਦੀ ਹੈ ਵਿੱਚ ਪਾਈ ਦੀ ਆਪਾਂ, ਅਤੇ ਆਪਾਂ ਫਲਾਫਲ ਪਾ ਕੇ ਬਣਾਈ ਆ, ਪਰ ਮੈਨੂੰ ਤਾਂ ਗਾਈਜ਼ ਬਹੁਤ ਨਜ਼ਾਰਾ ਆਇਆ, ਮੇਰੀ ਸਿਸਟਰ ਨੇ ਵੀ ਖਾਧੀ ਸੀ, ਉਹਨੂੰ ਵੀ ਅੱਛੀ ਲੱਗੀ। ਸਾਡੇ ਭਾਜੀ ਕਹਿੰਦੇ ਕਹਿੰਦੇ ਕਿ ਵਾਓ ਕੀ ਬਾਤ ਹੈ, ਉਹ ਸਾਡਾ ਕੈਮਰਾ ਉਦੋਂ ਆਨ ਨਹੀਂ ਹੋਇਆ, ਸਾਡੇ ਵੱਲੋਂ ਤਾਂ ਆਨ ਸੀਗਾ, ਬਟ ਅਸੀਂ ਖਾਣ ਪੀਣ ਵੇਲੇ ਸਾਨੂੰ ਗਾਈਜ਼ ਜੇ ਥੋੜ੍ਹਾ ਜਿਹਾ ਕਦੇ ਪਦੇ ਹੋ ਜਾਂਦਾ, ਚੇਤਾ ਹੀ ਨਹੀਂ ਦਿੰਦਾ, ਅਤੇ ਔਨ ਕਰਨਾ ਭੁੱਲ ਗਿਆ ਸੀ, ਆਪਦੇ ਜਾਣੇ ਮੈਂ ਸਟੈਂਡ 'ਤੇ ਲਾ ਕੇ ਔਨ ਕੀਤਾ ਸੀ, ਔਨ ਨਹੀਂ। ਚਲੋ ਕੋਈ ਨਹੀਂ, ਆਪਾਂ ਪਰ ਉਹਨਾਂ ਨਾਲ ਤੁਹਾਡੀ ਮੁਲਾਕਾਤ ਕਰਾਤੀ, ਬਣਾਇਆ ਵਿਆ ਦਿਖਾਤਾ, ਪੂਰੀ ਰੈਸਪੀ ਦਿਖਾਤੀ, ਤੁਸੀਂ ਬਣਾ ਕੇ ਮੈਨੂੰ ਕਮੈਂਟ 'ਚ ਦੱਸਣਾ ਕਿ ਤੁਹਾਨੂੰ ਅੱਛਾ ਲੱਗਿਆ, ਸਵਾਦ ਲੱਗਿਆ ਕਿ ਕਿੱਦਾਂ ਲੱਗਾ, ਔਰ ਫਿਰ ਆਪਾਂ ਨੈਕਸਟ ਰੈਸਪੀ ਲੈ ਕੇ ਫਿਰ ਆਵਾਂਗੇ। ਹੁਣ ਆਪਾਂ ਕਰਦੇ ਹਾਂ ਗੁੱਡ ਬਾਏ, ਜਿਨ੍ਹਾਂ ਨੇ ਆਲਰੇਡੀ ਸਬਸਕ੍ਰਾਈਬ ਕੀਤਾ ਹੋਣਾ ਕਰਿਓ, ਨਹੀਂ ਤਾਂ ਅਨਸਬਸਕ੍ਰਾਈਬ ਹੋ ਜਾਂਦਾ। ਪਲੀਜ਼ ਜਿਹੜੇ ਨਵੇਂ ਆਏ ਆ ਉਹ ਸਬਸਕ੍ਰਾਈਬ ਕਰ ਦਿਓ, ਆਪਾਂ ਆਪਣੇ ਪਰਿਵਾਰ ਨੂੰ ਵਧਾ ਲਈਏ, ਪੂਰਾ ਪਰਿਵਾਰ ਵਧਾਉਣ 'ਚ ਮੇਰੀ ਮਦਦ ਕਰੋ, ਅਤੇ ਹੁਣ ਆਪਾਂ ਮਿਲਦੇ ਹਾਂ ਨੈਕਸਟ ਵੀਡੀਓ 'ਚ, ਬਾਏ। Thank you.